ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਘੈਂਟ ਜੇ ਬਲੋਗ ਵਿੱਚ ਤੁਹਾਡਾ ਬਹੁਤ ਸਾਰਾ ਸਵਾਗਤ ਹੈ। ਅਤੇ ਅੱਜ ਬੱਦਲ ਕਾਫੀ ਚੜ੍ਹ ਕੇ ਆ ਗਿਆ, ਸਵੇਰੇ ਸਵੇਰ ਮੌਸਮ ਹੋ ਗਿਆ ਠੰਡਾ, ਅਤੇ ਸਾਨੂੰ ਮੀਂਹ ਆਉਣ ਦੀ ਉੰਨੀ ਖੁਸ਼ੀ ਨਹੀਂ ਹੁੰਦੀ ਜਿੰਨੀ ਇਹ ਗੱਲ ਦਾ ਗਮ ਹੁੰਦਾ ਵੀ ਅੱਜ ਸ਼ਾਇਦ ਬੱਤੀ ਬੰਦ ਹੋਣ ਵਾਲੀ। ਟੈਂਕੀ ਭਰ ਲਓ, ਟੈਂਕੀ ਭਰ ਲਓ। ਅਤੇ ਵੇਖੋ, ਤੁਸੀਂ ਵੇਖ ਸਕਦੇ ਵੈਦਰ ਚੈੱਕ ਕਰ ਸਕਦੇ ਕਿੰਨਾ ਸੋਹਣਾ ਹੋਇਆ ਪਿਆ। ਅਤੇ ਹੁਣ ਅੱਜ ਮੈਂ ਛੁੱਟੀ ਕੀਤੀ ਸਪੈਸ਼ਲ ਥੋੜ੍ਹਾ ਜਿਹਾ ਕੰਮ ਹੀ ਉਹਦੇ ਕਰਕੇ, ਅਤੇ ਕੱਲ੍ਹ ਤੋਂ ਜਾਵਾਂਗੇ ਆਪਾਂ ਆਪਣੇ ਕੰਮ 'ਤੇ। ਅਤੇ ਮਿਲਦੇ ਹਾਂ ਫਿਰ ਤੁਹਾਨੂੰ, ਬਣੇ ਰਹੋ ਵਲੋਗ ਦੇ ਵਿੱਚ। ਥੋੜ੍ਹੀਆਂ ਠੰਡਾ ਆ, ਦੋ ਚਾਰ ਰੀਲਾਂ ਸ਼ੂਟ ਕਰ ਲਈਏ, ਅਤੇ ਕਮੇਡੀ ਰੀਲਾਂ ਨੂੰ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ, ਅਤੇ ਥੈਂਕ ਯੂ ਤੁਹਾਡਾ ਬਹੁਤ ਸਾਰਾ ਧੰਨਵਾਦ। ਇੱਦਾਂ ਹੀ ਵਹਿੰਦੇ ਰਹੋ, ਅਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਰਹੋ। ਅਤੇ ਵਲੋਗ ਦੇ ਵਿੱਚ ਬੇਨਤੀ ਹੈ ਕਿ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ, ਕਿਉਂਕਿ ਵਲੋਗਸ 'ਤੇ ਕਾਫੀ ਮਿਹਨਤ ਲੱਗਦੀ ਹੈ, ਅਤੇ ਫਿਰ ਇਹਨੂੰ ਤੁਹਾਡੇ ਦਿਲ ਲੈ ਕੇ ਆਉਂਦੇ ਇਸੇ ਕਰਕੇ। ਕਿੱਧਰ ਆਈ? ਸਰਪੰਚ ਨੂੰ ਆਪਣੀ ਕਹਾਣੀ ਨਮਕੀਨ ਥੋੜੀ ਛਦੈਣਾ, ਇਹਦੇ ਚੂਹੇ ਫੜਨ ਵਾਲੀ ਦਵਾਈ ਰੱਖੀ, ਅਸੀਂ ਚੂਹੇ ਮਾਰਨ ਵਾਲੀ ਦਵਾਈ ਪਾਈ ਵਿੱਚ। ਉਦੋਂ ਤੇ ਚੰਗੇ ਪਾਣੀ ਹੋ ਜਾਈਦਾ ਖਾਣ ਲਈ, ਤੇ ਜ਼ਿੰਦਗੀ ਕਈ ਬੰਦਿਆਂ ਦੇ ਜੀਣ ਲਈ ਖਾਂਦੇ ਆ, ਤੇ ਕਈ ਖਾਣ ਲਈ ਜੀਂਦੇ ਆ। ਨਹੀਂ ਤੇ ਮੈਂ ਕੱਲ ਹੀ ਕਿਹਾ ਜਦੋਂ ਦੋ ਸ਼ੇਕ ਹੋ ਗਏ, ਮੈਂ ਟੁੱਟ ਗਈ ਨਾ ਕਰ ਰਹੇ ਜੀ ਸ਼ੇਕ, ਜੇ ਦੋ ਹੀ ਬੜੇ ਆ। ਉਹ ਕਰੀ ਗਿਆ ਡੰਡ ਲਾ ਦਿੱਤੀ ਮਸ਼ੀਨ ਦੀ, ਨਵੀਂ ਮਸ਼ੀਨ ਹੀ ਤੁਹਾਡੀ, ਨਵਾਂ ਫੱਟਾ ਨਵਾਂ ਲਾਇਆ। ਕਿੰਨੇ ਦਾ? 700 ਨੂੰ ਗੁਲ ਲਾ ਤਾ ਤੇਰੇ ਘਰ ਵਾਲੇ ਨੇ ਉੱਥੋਂ ਸ਼ੇਕ। ਬਹੁ ਨਹੀਂ, ਇੱਧਰਲੇ ਪਾਸੇ ਨਿਸ਼ਾਨੀਆਂ ਲਾ ਕੇ ਇੱਧਰੋਂ ਸ਼ੇਕ ਕਰਦਾ, ਦੂਜੇ ਪਾਸੇ ਨੀ ਜਾਣੇ ਸੀ, ਉਹ ਥੱਲਿਓ ਪਲਾਈ ਤਾਂ ਉਹਨੂੰ ਪੁੱਟੀ ਗਈ ਹੈ। ਹੈਲੋ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਅਤੇ ਯੂਟਿਊਬ ਚੈਨਲ ਸਵਾਗਤ ਕਰਦੇ ਹਾਂ। ਮੀਟ ਕਰਦੇ ਤੁਸੀਂ ਬਹੁਤ ਸਾਰੇ ਘੈਂਟ ਹੋ ਗਏ। ਵਾਕਿਆ ਜੀ, ਤੁਸੀਂ ਬੜੀ ਵੱਡੀ ਗਲਤੀ ਕੀਤੀ, ਮੈਂ ਵਾਈਟ ਕਲਰ ਪਾ ਕੇ ਸਾਰਾ ਪਿੱਛੇ ਪਿਸਤਰ ਪੁਸ਼ਟੀ ਕਰ ਲੱਗੇ। ਸਹੀ ਗੱਲ ਹੈ, ਕਿਉਂਕਿ ਮੇਰੇ ਹੱਥ 'ਚ ਕੰਮ ਹਲਦੀ ਹੁਲਦੀ ਵਾਲੇ ਲੱਗੇ ਹੁੰਦੇ, ਮੈਨੂੰ ਜਵਾ ਰੱਖਣ ਦਾ ਕਵਰ। ਅੱਜ ਦੀ ਸ਼ੁਰੂਆਤ ਅਸੀਂ ਕਰਦੇ ਹਾਂ ਤੁਹਾਡੇ ਤੋਂ, ਅਤੇ ਜਤਿੰਦਰ ਸਾਰਾ ਦਿਨ ਰਹਿਣ ਵੀ ਕਰੇ, ਅੱਜ ਵਿਚਾਰੇ ਕੀਤੀ ਛੁੱਟੀ, ਥੋੜ੍ਹਾ ਕੰਮ ਹੀ ਕਰੇ। ਅਤੇ ਚੰਗਾ ਫਿਰ ਬਾਏ, ਕੁਝ ਖਾਣਾ ਹੋਵੇ ਦੱਸ ਦਿਓ, ਲਈ ਆਵਾਂਗੇ ਤੁਹਾਡੇ ਲਈ। ਹਾਂ, ਤੁਸੀਂ ਅੱਜ ਪਾਰਟੀ ਕਰਨੀ? ਨਿਗੀਆਂ ਨਿਗੀਆਂ ਚੀਜ਼ਾਂ ਨਾਲ ਖੇਡਣਾ ਲੈ, ਜਦੋਂ ਸੁੱਤਾ ਉੱਠਦਾ ਘੜੀ ਕੋ ਦਿਨ ਬਹਿੰਦਾ ਮੇਰੇ ਕੋਲ ਗੋਦੀ 'ਚ, ਉਹ ਮਜ਼ਾ ਆਉਂਦਾ ਘੜੀ ਮੁੜ ਕੇ ਦੇ, ਸਾਰੀ ਦਿਹਾੜੀ ਲੱਗੇ ਨਹੀਂ ਲੱਗਣਾ। ਆਹੋ, ਉਦੋਂ ਥੋੜ੍ਹਾ ਜਿਹਾ ਵਾਲ ਪੁੱਤ ਫਿਰ ਖਿਲਰ ਗਏ ਆਪਣੇ, ਇਹ ਮੈਨੇ ਉਹ ਲਿਆ ਦਿੱਤਾ ਸਿਰਵਾਂ 'ਤੇ ਬੁਰਸ਼ਿਆ, ਇਹਨੇ ਚੁੱਕ ਕੇ ਮਾਰਿਆ ਡੰਡੀ ਕਿਤੇ ਅਤੇ ਬੁਰਸ਼ ਕਿਤੇ, ਅਤੇ ਭਾਪੇ ਆਪਣੇ ਵਾਧੂ ਪੈਸੇ ਫਿਰ ਲਿਆਵਾਂਗੇ ਨਵਾਂ, ਹੈ ਨਾ, ਤੋੜੀ ਜਾਏਗਾ ਉਹ ਚੀਜ਼ਾਂ, ਸੁੱਟ ਗਿਆ ਕਰ ਚੰਗੀ ਤਰ੍ਹਾਂ। ਕੁਛ ਆਉਂਦਾ ਜੀ ਤੂੰ? ਹਾਂਜੀ, ਕਿਹੜੀ ਚੀਜ਼ ਖਾਓ ਮੇਰਾ ਪੁੱਤ, ਦੱਸ ਦਿਓ ਕਿਹੜੀ ਚੀਜ਼ ਖਾ ਕੇ ਲੈ ਕੇ ਆਵਾਂ। ਸਿੱਤਰ ਖਾਊਗਾ, ਸਿੱਤਰ ਹੈ ਗੁਰਨਵਾਜ, ਕੀ ਖਾਣਾ? ਸਿੱਤਰ
ਮੈਨੂੰ ਉਦੋਂ ਕੱਖ ਪਤਾ ਨੀ, ਮੋੜ ਕਹੂਗੀ ਭਾਬੀ ਕੁਝ ਲੈ ਆਈ ਤੇ ਉਹ ਕਵਲ ਦੀਦੀ ਮੋਮੋਸ ਲੈ ਆਈ, ਅਜੇ ਮੈਂ ਘਰੋਂ ਬਾਹਰ ਨਿਕਲੀ ਤੇ ਦੋ ਤਿੰਨ ਸਲਾਮ ਮਿਲ ਗਏ ਤੁਰ ਜਾਂਦੇ ਮੇਰੇ ਘਰ ਆਉਂਦੇ ਬਰਗਰ ਲੈ ਕੇ, ਉੱਦਾਂ ਕਰਕੇ ਸਾਰੀਆਂ ਰੇਹੜੀਆਂ ਦੇ ਖਲੋ ਘਰ ਘਰ ਆਏ ਨੇ ਕੰਮ ਲਾਗੇ ਲਾਗੇ ਨੀ ਮੈਂ ਨੀ ਖਾਣਾ ਬਰਗਰ ਰੇਹੜੀ ਰੂੜੀ ਤਾਂ ਮਿਲ ਜਾਂਦੇ ਫਿਰ ਕਿੱਦਾਂ ਕਹਿਤਾ ਮੈਂ ਤੈਨੂੰ ਵੈਸੇ ਕਿਹਾ ਉਹ ਤੇ ਪਾਪਾ ਦਾ ਥੋੜੀ ਮੰਮਾ ਦਾ ਜੀ, ਮੰਮਾ ਦੀ ਗੋਤੇ ਤੇ ਪਾਤੀ ਮੈਂ ਉਹ ਤਾਂ ਜੂੜੀ ਤੇ ਪਾ ਲਈਏ ਸਿੱਧਾ ਜੋਣਾ ਲੱਗਦਾ ਆ ਵਾਹਿਗੁਰੂ ਕਹਿ ਦੋ ਵਾਹਿਗੁਰੂ 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 ਕਹਿ ਦੋ ਵਾਹਿਗੁਰੂ ਕਹਿ ਦੋ ਬਤਾਓ ਬਾਬਾ ਜੀ ਫੋਨ ਕਰੀ ਕਹਿ ਦੋ ਵਾਹਿਗੁਰੂ ਸ਼ੰਗ ਆ ਗਈ ਲੋ ਜੀ ਸਾਡੇ ਦੋ ਤਿੰਨ ਸੜ ਗਏ ਗਮਲੇ ਤੇ ਅਸੀਂ ਲੈਣ ਲੱਗੇ ਨਵੇਂ ਗਮਲੇ ਹੁਣ ਬੂਟੇ ਸਾਰੀ ਕੀ ਗਮਲੇ ਆ ਮੈਂ ਹਾਂ ਵੀ ਚੋ ਜਿਹੜੇ ਆਵੇ ਤਿੰਨ ਗਮਲੇ ਖਰਾਬ ਹੋਏ ਆ ਵੀ ਖਰਾਬ ਹੋਇਆ ਪੰਜਾਂ ਵੀ ਖਰਾਬ ਹੋਇਆ ਬੂਟੇ ਲੈਣੇ ਨਾ ਬੂਟੇ ਲੈ ਕੇ ਤੁਹਾਨੂੰ ਸਾਰੀ ਸਰਪਾ ਪਾ ਦਾਂਗੇ ਵਿੱਚ ਚਲ ਠੀਕ ਆ ਪਰੇ ਕਰ ਦੀ ਡਸਟਬਿਨ ਜਿਹਾ ਸਾਰੇ ਜੀ ਬੂਟੇ ਨੇ ਬੜੇ ਦਿਨਾਂ ਧਿਆਨ ਹੀ ਲਿਆ ਜਾਂਦੇ ਨਹੀਂ ਜਾਂਦੇ ਹੁਣ ਚੇਂਜ ਕਰਤੇ ਇੱਥੋਂ ਉਹ ਵੱਡੇ ਗਮਲੇ ਦੇ ਬਣੀ ਨਹੀਂ ਹੋਣੇ ਕਿਹੜੇ ਸੁੱਕੀ ਗਏ ਪਏ ਪਏ ਜਿੱਦਾਂ ਨਾ ਥੋੜ੍ਹਾ ਧਿਆਨ ਜਿਹਾ ਦਿੱਤਾ ਗਿਆ ਉਦੋਂ ਤੋਂ ਹੁਣ ਫਿਰ ਮੈਂ ਸੋਚਿਆ ਭਾਈ ਨਿੱਕੇ ਗਮਲੇ ਹੈਗੇ ਜਿਹ 'ਚ ਕਲਰ ਫੁੱਲ ਜਿੱਦਾਂ ਧੁੱਪੇ ਰੱਖੇ ਨੇ ਹੁਣ ਯਹੀ ਯਹੀ ਕਲਰ ਹੋ ਜਾਂਦੇ ਹੈ ਬਾਕੀ ਮੈਂ ਕਲਰ ਫੁੱਲ ਨਹੀਂ ਕਲਰ ਕਲਰ ਇੱਥੇ ਹੀ ਹੋ ਜਾਣਾ ਕਲਰ ਯਾਦ ਯਾਦ ਲੜਾਈ ਲੈਣ ਲੱਗੀ ਮੈਂ ਲੜਾਈ ਨਹੀਂ ਲੈਣ ਲੱਗੀ ਲੜਾਈ ਤੇ ਹੀ ਲੈਣ ਲੱਗੇ ਸਾਡੇ ਨਾਲ ਤੇ ਸਾਨੂੰ ਮੈਗੀ ਦੇ ਸਮਾਂ ਤਾਂ ਮੈਂ ਜੇ ਬਣੀ ਨਾ ਤੇ ਕੁੱਤ ਕਲੇਸ਼ ਹੋਏ ਤੇ ਉਹ ਮੈਂ ਹੁਣ ਚਾਹ ਪੀ ਲਈ 2 ਮਿੰਟ ਹੋ ਗਏ ਹੁਣ ਠੰਡੀ ਮੈਗੀ ਨਹੀਂ ਖਲ ਗਰਮ ਕਰਕੇ ਖਾਇਆ ਆਵੇ ਬਾਂਦਰ ਕਿਤੇ ਜਿਹੜੇ ਦਾਦੂ ਆਪਣੇ ਸਤਿ ਸ਼੍ਰੀ ਅਕਾਲ ਦਾਦੂ ਨੂੰ ਸਤਿ ਸ਼੍ਰੀ ਅਕਾਲ ਕਰਦੇ ਵਾਹਿਗੁਰੂ ਕਰ ਦੋ ਵਾਹਿਗੁਰੂ ਵਾਹਿਗੁਰੂ ਚਲੋ ਮੰਮਾ ਨਾ ਕਰ ਕਾਂਟੇ ਕੁੰਡੇ ਘੁਮਾ ਦੇਣੇ ਇਹਨਾਂ ਚਿਰ ਤੰਗ ਹੋ ਗਿਆ ਮਨ ਤੇ ਮੰਮਾ ਨੂੰ ਪਿਆਰ ਕਰ ਲੈ ਉਹਦਾ ਹੱਥ ਚਲਾਕੀ ਨਾ ਕਰਿਆ ਕਰੇ ਕਿੱਦਾਂ ਖੁਸ਼ੀ ਹੈ ਕਿੱਥੇ ਚਲ ਗਿਆ ਸਾਡਾ ਘਰ ਤੇ ਕੋਈ ਇਦਾਂ ਦਾ ਹੈਗਾ ਨਹੀਂ ਪਰ ਕਿੱਥੇ ਚਲ ਗਿਆ ਕੋਈ ਨਹੀਂ ਇਦਾਂ ਦਾ ਹੈਗਾ ਸਾਡੇ ਘਰ ਚ ਮੰਮੀ ਦੇ ਪਾਪਾ ਦੇ ਨਹੀਂ ਮੈਂ ਤੈਨੂੰ ਇੰਨਾ ਕੁਛ ਲਿਆ ਤੂੰ ਮੈਨੂੰ ਇੱਥੋਂ ਗੁਰਮਾਦ ਹੈ ਹਾਂਜੀ ਤੇ ਗਾਇਸ ਮੈਂ ਤੇ ਚੌਲਾਂ ਦਾ ਬਿਲਕੁਲ ਪ੍ਰੇਜ਼ ਕਰਤਾ ਕਿਉਂਕਿ ਚੌਲਾਂ ਨਾਲ ਖੰਘ ਬਹੁਤ ਆ ਰਹੀ ਹੈ ਤੇ ਮੇਰੇ ਵਾਸਤੇ ਸਪੈਸ਼ਲ ਮੈਗੀ ਬਣ ਲੱਗੀ ਹੈ ਉਹ ਮੱਖੀ ਦਾ ਓਏ ਮੱਖੀ ਨਾਲ ਕਿਤੇ ਲਾਚੀ ਪੈ ਜੇ ਵਿੱਚ ਉਬਾਲ ਕੇ ਰੱਖੇ ਲਾ ਕੇ ਤੜਕਾ ਵਧੀਆ ਜਿਹਾ ਤੇ ਬਣਾ ਦਿਓ ਟੈਨਸ਼ਨ ਜੇ ਇਹਨਾਂ ਵਿਚਾਰਿਆਂ ਨੂੰ ਜਿਗਾੜ ਸਾਰਾ ਕਹਿ ਮੈਂ ਥੋੜ੍ਹਾ ਜਿਹਾ ਬਿਜ਼ੀ ਹੋ ਗਿਆ ਗੰਡੇ ਗੁੰਡੇ ਕੱਟ ਕੇ ਟਮਾਟਰ ਟਮੂਟਰ ਸ਼ਿਮਲਾ ਮਿਰਚ ਸਭ ਕੁਝ ਪਾਓ ਵਿੱਚ ਮੈਡਮ ਜੀ ਛੁੱਟੀ ਨੀ ਹੁੰਦੀ ਸੱਦਣ ਡੀ ਨੀ
ਆਹੋ ਤੁਹਾਨੂੰ ਇਦਾਂ ਪਤਾ ਮੇਰੇ ਦੀ ਫੋਨ ਉਹ ਮੇਰੇ ਲੱਗੇ ਪਿਆ ਸੀ ਨਾ ਫੋਨ ਦਾ ਉਹ ਭਾਈ ਦੇ ਜਦੋਂ ਆਏ ਅੱਛਾ ਐਵੇਂ ਭੈਣਾਂ ਭੈਣਾਂ ਦੀ 100 ਗੱਲਾਂ ਕਰਦੀਆਂ ਮੈਂ ਕਿਹਾ ਸੱਦਣ ਦੀ ਸ਼ਾਇਦ ਸੱਦਣ ਦੀ ਉਹਦੀ ਜਾਣ ਔਖੀ ਹੁੰਦੀ ਇੱਥੇ ਆਓ ਇੱਥੇ ਕਿੱਥੇ ਮੈਂ ਵਧਾਈ ਹੋਇਆ ਤੇਰੇ ਭਰਾ ਨਵਾਂ ਟਰੈਕਟਰ ਲਿਆ ਹੁੰਦੇ ਅਜੇ ਤਾਂ ਅਸੀਂ ਪਹਿਲੇ ਦੀ ਪਾਰਟੀ ਨੀ ਲਈ ਉਹਨਾਂ ਵੇਚ ਕੇ ਦੂਜਾ ਵੀ ਲੈ ਲਿਆ ਸਹੀ ਗੱਲ ਚੱਲ ਕੋਈ ਨੀ ਇਕੱਠੀਆਂ ਦੋ ਲਵਾਂਗੇ ਚੱਲੀਏ ਫਿਰ ਜਾਂਦੇ ਆਹ ਕੰਮ ਕਰ ਲਈਏ ਪਹਿਲੇ ਦਾ ਕਰਨ ਵਾਲਾ ਸ਼ਾਮਾਂ ਨੂੰ ਚੱਲਦੇ ਹਾਂ ਨਹੀਂ ਤੇ ਉਹਨਾਂ ਨੂੰ ਕਹਿੰਦਾ ਸਿੱਧਾ ਸ਼ਹਿਰ ਹੀ ਆ ਜਾਇਓ ਸਾਨੂੰ ਸਿੱਧਾ ਟ੍ਰੀਲੀਅਮ 'ਚ ਹੀ ਆ ਜਾਇਓ ਉੱਥੇ ਨਾਲੇ ਸੇਲ ਲੱਗੀ ਟ੍ਰੀਲੀਅਮ 'ਚ ਕੱਪੜੇ ਦੀ ਬੜੀ ਵੱਡੀ ਸ਼ੋ ਬਹੁਤ ਵੱਡੇ ਮੈਂ ਕੱਪੜੇ ਪਾਉਂਦੀ ਹਾਂ ਮੈਨੂੰ ਉਹਨਾਂ ਦਾ ਕੋਈ ਮਤਲਬ ਨਹੀਂ ਸੂਟਾਂ ਹੱਟਾਂ ਦੀ ਹੋਵੇ ਤਾਂ ਅਸੀਂ ਚੱਲ ਜਾਵਾਂਗੇ ਮੇਰੇ ਹੀ ਲੈ ਨਹੀਂ ਘਰ ਦਾ ਸਮਾਨ ਵੀ ਬੜਾ ਹੀ ਕੂਕਰ ਸੀਟੀਆਂ ਜੋ ਮਰਜ਼ੀ ਲਾ ਲਓ ਮੱਚੀ ਕੜਾਹੀਆਂ ਸ਼ਰਾਈਆਂ ਗੱਲਾਂ ਕਰਕੇ ਵੀ ਖਾ ਲੈਣੀ ਓਦਾਂ ਖਾ ਲੈਣੀ ਸਾਡਾ ਕੰਮ ਹੀ ਇਹੋ ਮੈਗੀ ਆਪਣੀ ਬਣ ਗਈ ਬੜੇ ਚਿਰ ਪਿੱਛੋਂ ਮੈਗੀ ਬਣਾਈ ਉਹ ਪੈਗੇ ਗਾਲਾਂ ਆਉਂਦੀ ਨੂੰ ਆਉਂਦੀ ਨੂੰ ਗਾਲਾਂ ਘਿਓ ਦੀਆਂ ਲਾਲਾਂ ਨਿੱਕੀ ਦਰਾਣੀ ਕੋ ਗਾਲਾਂ ਤੇ ਵੱਡੀ ਉਮਰ ਦੀ ਦਰਾਣੀ ਕੋ ਗਾਲਾਂ ਕਿੱਥੇ ਗਰਮੀ ਬਾਹਰ ਦੇ ਮੌਸਮ ਦੋ ਘੰਟੇ ਹੋ ਗਏ ਹੋਣਗੇ ਨਹੀਂ ਤਿੰਨ ਘੰਟੇ ਨਹੀਂ ਹੋਏ ਦੋ ਘੰਟੇ 55 ਮਿੰਟ ਉਹ ਨਹੀਂ ਨਹੀਂ ਦੋ ਘੰਟੇ ਤੇ 55 ਮਿੰਟ ਹੋਏ ਯਾਰ ਝੂਠ ਨਹੀਂ ਮਾਰਦਾ ਤਿੰਨ ਵਜੇ ਆਈਆਂ ਤੇ ਕਿੰਨਾ ਟਾਈਮ ਹੋ ਗਿਆ ਫਿਰ ਭੈਣਾਂ ਦੁਪਹਿਰ ਵੇਲਾ ਖਵਾ ਕੁਝ ਅਸੀਂ ਮੈਗੀ ਖਾਧੀ ਅਸੀਂ ਛੁੱਟੀ ਇੱਦਾਂ ਵੀ ਅਸੀਂ ਤੁਹਾਡੇ ਘਰ ਗਏ ਹਾਂ ਤੁਹਾਡੇ ਘਰ ਹੈਗਾ ਕੋਈ ਨੀ ਅਸੀਂ ਫਿਰ ਔਖੇ ਹੋ ਗਏ ਖਾਧੀ ਅਸੀਂ ਮੈਗੀ ਠੰਡੀ ਹੋ ਰੰਗ ਹੀ ਉੱਡ ਗਿਆ ਕਿਤੋਂ ਕੀ ਖਵਾਏ ਹੁਣ ਕੀ ਬਣਾਉਣ ਲੱਗੀ ਉੱਧਰ ਤੇਰੇ ਵਰਗਾ ਇੱਕ ਕਹਿੰਦਾ ਅੱਜ ਸਾਡੇ ਘਰ ਮੁਰਗਾ ਬਣਿਆ ਸੀ ਕਹਿੰਦਾ ਕੌਣ ਤੇਰਾ ਡੈਡੀ ਕਿ ਤੂੰ ਅਸੀਂ 500 ਦੇ ਬੂਟੇ ਲਏ ਨਵੇਂ ਸਾਰੇ ਗਮਲੇ ਭਰਤੇ ਅਸੀਂ ਕਿਉਂਕਿ ਸਾਡੀ ਗੱਡੀ ਸੇਲ ਹੋ ਗਈ ਨਾ ਹੁਣ ਅਸੀਂ ਉੱਥੇ ਬੂਟੇ ਲਾਉਣੇ ਆ ਤਿੰਨ ਬੂਟੇ ਇੱਕ ਅਮਰੂਦਾਂ ਦਾ ਤੁਸੀਂ ਲਾਇਆ ਬਾਕੀ ਸਾਰੇ ਮੈਂ ਲਾਏ ਉਹ ਵੇਖ ਕਿੱਥੇ ਪਹੁੰਚਿਆ ਕੀ ਹੋ ਗਈ ਦਿਲੋਂ ਕੁੱਖ ਨੀ ਕਰਦੀ ਚੱਲ ਦੱਸ ਕੀ ਨੁਕਸਾਨ ਇੱਕ ਹੋਰ ਕੀ ਕੀਤਾ
ਨੁਕਸਾਨ ਇਹ ਕੀਤਾ ਕਿ ਬੈਡ ਦੀ ਘੁੰਡੀ ਉਹ ਤੋੜਤੀ ਤੇ ਮੈਂ ਰਾਤੀ ਕਿਹਾ ਵੀ 7:30 ਵਜੇ ਮੈਂ ਕਿਹਾ ਕਿ ਰਾਸੇ ਭੱਜ ਕੇ ਲੈ ਆਉਂਦੇ ਹਾਂ ਮੇਰੇ ਗਲ ਪੈ ਕਹਿੰਦੇ ਕਿ ਤੈਨੂੰ ਅੱਗ ਹੀ ਲੱਗੀ ਰਾਸੇ ਚੱਲ ਜਾ ਤੇ ਇਹ ਕੋਈ ਨੀ ਮੈਂ ਕੱਦ ਸੈੱਟ ਉਹ ਸਵੇਰ ਚੱਲੇ ਹਾਂ ਤੇ ਇੰਨੇ ਪੰਗੇ ਲੈ ਮੰਮੀ ਵੀ ਲੈ ਮੈਂ ਵੀ ਲੈ ਦੇ ਜਗਾੜ ਲੱਗੇ ਹਾਂ ਤੇ ਨਵੀਂ ਮੰਗਣੀ ਪਈ ਫਿਰ ਨਵੀਂ ਲੈ ਕੇ ਆਈ ਤੇ ਆਉਂਦੇ ਘਰੋਂ ਬਾਹਰ ਨਿਕਲ ਗਏ ਉਹਨਾਂ ਦੀ ਤੇ ਉਹਨੂੰ ਚਲਾ ਕੇ ਵੇਖੀ ਨੀ ਹੁਣ ਇਹਦੀ ਤੁਰੀ ਆਈ ਹੈ ਲੈ ਜਾ ਝੂਠ ਨਾ ਮਾਰੇ ਬੜੀ ਚੰਦੀ ਥੀ ਜੀ ਮੈਂ ਖਾਣਾ ਨਹੀਂ ਬਣਾ ਕੇ ਖਾਲੀ ਚਾਹ ਹੀ ਪੀਣੀ ਬੰਦੀ ਨੂੰ ਜੋ ਬਣਾ ਮੱਗ ਵੀ ਤੇ ਇਹ ਕਦੋਂ ਨਾ ਕੀਤੀ ਮੈਂ ਨੂਰ ਚੌਲ ਕੇ ਦਿਖੇ ਤੇ ਮੈਗੀ ਬਣਾਈ ਹੈ ਨਾ ਨੂਰ ਚੌਲ ਬਣਾਏ ਮੈਂ ਨਹੀਂ ਖਾਂਦਾ ਨਾ ਚੌਲ ਮੈਂ ਇਸ ਕਰਕੇ ਨਾ ਨਹੀਂ ਦਿੰਦਾ ਮੈਗੀ ਬਣਾਈ ਨਾ ਵਾਸਤੇ ਸਰਦਾਰ ਜੀ ਲਈ ਬਣਾਈ ਮੈਂ ਲੂਣ ਵਾਲੇ ਚੌਲ ਨਹੀਂ ਨਾ ਖਾਂਦਾ ਹੁਣ ਤੈਨੂੰ ਪਤਾ ਚੌਲ ਮੈਂ ਕੋਈ ਵੀ ਨਹੀਂ ਖਾਂਦਾ ਹੁਣ ਪਹਿਲਾਂ ਮੇਰੀ ਖੀਰ ਬੜੀ ਫੇਵਰਟ ਹੁੰਦੀ ਮੈਂ ਖੀਰ ਬੰਦ ਕਰਤੀ ਖਾਂ ਉਹ ਬੱਕਰਾ ਨੀ ਜਿਹੜਾ ਲਾਲ ਹੋ ਜਾਏ ਤੇਰਾ ਤਾਂ ਮੀਟ ਵੀ ਵਹਾ ਨਿਕਲਣਾ ਤੇਰਾ 80 ਕਿਲੋ ਮੀਟ ਹੀ ਨਿਕਲ KFC ਵਾਲਿਆਂ ਨੂੰ ਵੇਚ ਦਾਂਗੇ KFC ਵਾਲਿਆਂ ਨੂੰ ਵੇਚ ਨਹੀਂ ਇਹਦਾ ਤੇ ਇਹਨਾਂ ਦੇ ਜੰਜ ਬੰਦਿਆਂ ਦੀ ਰਾਜਣੀ ਵਿਆਹ ਤਾਂ ਲੱਗਦਾ ਵਰੋਂ ਨਾ ਆਹ ਬੰਦੇ ਵਿਆਹ ਤਾਂ ਮੇਰੇ ਘਰ ਮੇਰੇ ਘਰ ਨਵੀਂ ਡੱਬੀ ਪਏ ਬੱਚੋਂ ਵਾਧੂ ਇੱਕ ਪੈਰ ਵੱਡੇ 50 ਕੁੜੀਆਂ ਤੇਰੇ ਘਰ ਵੱਜਦੀ ਮੇਰਾ ਘਰ ਵੱਜਦਾ ਮੇਰੇ ਘਰੇ ਸੇਧ ਵੇਖ ਕੇ ਕਮਲ ਦੀ ਵੀ ਲੱਗਦਾ ਪ੍ਰਵਾਹ ਕਿਸੇ ਚੀਜ਼ ਦੀ ਕਰਦੀ ਹੋਊਗੀ ਲੜਾਈ ਨੂੰ ਨੀਗਾ ਭਜ ਦੋ ਵਾ ਲੜਾਈ ਨੂੰ ਬੜੀ ਸੀਰੀਅਸ ਹੁੰਦੀ ਸੀ ਆ ਫੋਨ ਦਾ ਕੈਮਰਾ ਬੰਦਾ ਕੀਤਾ ਹੀ ਗੱਲਾਂ ਨਾ ਕਰ ਆ ਚੋਲ ਖਾ ਲਿਆ ਕੈਮਰਾ ਨੇ ਕਵਰ ਬਹੁ ਕਵਰ ਆਹ ਇਤਨੇ ਗੁਰਬਣ ਕਿ ਕਿਆ ਨਹੀਂ ਬਹੁਤ ਚੁੱਕੀ ਹੋ ਨਹੀਂ ਮੈਂ ਨਾ ਚੁੱਕੀ ਆ ਪਤਾ ਨਹੀਂ ਦੇਖੀ ਸੀ ਬਹੁਤ ਕੋਈ ਵੀ ਚੁੱਕਿਆ ਚਾਚੀ ਚੁੱਕੀ ਨੂੰ ਮੰਮਾ ਚਾਚੀ ਨੂੰ ਕਿਆ ਆ ਗਈ ਰੈਂਡੀ ਡੋਰ ਵਾਜਾ ਫੜਦਾ ਮੇਰੇ ਖਾਤੇ ਚ ਆ ਗਏ ਜਦੋਂ ਪੇ ਕਰ ਦੇ ਸਿੱਧਾ ਸਿੱਧਾ ਖਵਾਉਣ ਦਾ ਨਾਂ ਲਿਆ ਇਹਦਾ ਸਗੋਂ ਨੀ ਜਾਂਦਾ ਕੀ ਲੈ ਕੇ ਦਊਂਗੀ ਆਂਦੀ ਸ਼ਹਿਰ ਚੱਲੀਏ ਕਿੰਨੇ ਸ਼ਹਿਰ ਜਾਣਾ ਕਿੰਨੇ ਸ਼ਹਿਰ ਜਾਣਾ ਕਿੰਨੇ ਦਰੂ ਦਰੂ ਕੈਮਰਾ ਦੇ
ਜਿਹੜੇ ਦੰਦੇ ਪਏ ਰਸਗੁੱਲੇ ਨੂੰ ਖਵਾ ਦੀ। ਚਲ ਵਿਚਾਰੀ ਰਸਗੁੱਲੇ ਖਵਾ ਦੇ ਹਰ ਪਈ ਜਾਂਦੀ। ਖਵਾ ਰਸਗੁੱਲੇ ਵਿਚਾਰੀ ਨੂੰ ਅੰਨੀਆਂ ਬੀਕਾਨੇਰ ਦੇ ਵਿੱਚ ਖੋਏ ਦੀ ਢੇਰੀ ਜੀ ਪਈ। ਖਵਾ ਚੈੱਕ ਕਰੇ ਨੂੰ ਦੇ ਵਿਚਾਰੀ ਨੂੰ ਜਾ ਲਿਆ ਕੇ ਦੇ ਗਾ ਕੰਮ ਨਬੇੜ ਕੀ ਹੋਇਆ। ਮੈਂ ਆਪ ਰਾਤੀ ਇਹ ਖਾਧਾ ਮੁੜ ਕੇ ਛੇ ਉਲਟੀਆਂ ਕੀਤੀਆਂ ਕੀ ਹੋਇਆ। ਹਾਂਜੀ ਮਿੱਤਰੋ ਤੇ ਹੁਣ ਇਹ ਕੁੜੀਆਂ ਸਾਡੀਆਂ ਚਲੀਆਂ ਉਹ ਨੋਆ ਚਲੀਆਂ ਸੰਧਾਰਾ ਜਿਹਾ ਲੈਣ ਕੀ ਕਹਿੰਦੇ ਹੁੰਦੇ ਉਹਨੂੰ ਸੌਣ ਦਾ ਕੋਈ ਆਪਣਾ ਸਮਾਨ ਸਮੂਨ ਲੈਣ ਤੇ ਆਦ ਚਲੇ ਵੀ ਗਏ ਜਾ ਉਹਦੇ। ਹਾਂ ਜਦੋਂ ਤੈਨੂੰ ਲੱਗੀ ਭੁੱਖ ਤੇ ਕੁਛ ਖਾਣ ਲਿਆ ਗਿਆ ਵਿਚਾਰੇ ਇਸੇ ਕਰਕੇ ਮੈਂ ਆਇਆ ਤੇਰੇ ਨਾਲ। ਗਰਮੀ ਬਹੁਤ ਜ਼ਿਆਦਾ ਸੀ ਆਪਾਂ ਭੱਜ ਨਾਸ ਕੇ ਸ਼ੋਪਿੰਗ ਕੀਤੀ ਗੁਰਨਵਾਲ ਨੂੰ ਘਰ ਛੱਡਿਆ ਜੇ ਨਾਲ ਹੁੰਦਾ ਫਿਰ ਚਲੋ ਆਹੋ। ਨਹੀਂ ਮੈਨੂੰ ਲੱਗਾ ਪਤਾ ਨੀ ਕੀ ਹੋਇਆ ਕੰਮ ਕਰਨ ਵਾਲੇ ਬੰਦੇ। ਚੱਲ ਕੋਈ ਨੀ ਵੀ ਸਾਨੂੰ ਸਾਰੇ ਜਿਹੜੇ ਸਾਨੂੰ ਵਹਿੰਦੇ ਉਹਨਾਂ ਪਤਾ ਹੀ ਇਹ ਕੰਮ ਕਾਰ ਕਰਦੇ ਇਹਨਾਂ ਦਾ ਕਿੰਨੇ ਕੰਮ ਖੋਲ੍ਹੇ ਵਿਚਾਰਿਆਂ ਨੇ ਅਤੇ ਅਸੀਂ ਅੱਜ ਸ਼ੋਪਿੰਗ ਕਰਕੇ ਆਏ ਬਾਕੀ ਕੱਲ੍ਹ ਨੂੰ ਕਰਾਂਗੇ ਅਤੇ ਇੱਦਾਂ ਹੀ ਫਿਰ ਦਿਨ ਤਿਉਹਾਰ ਚੱਲਦੇ ਆ ਅਤੇ ਸ਼ੋਪਿੰਗ ਇੱਦਾਂ ਚੱਲਦੀਆਂ ਰਹਿਣੀਆਂ ਅਤੇ ਜਿੱਦਾਂ ਤੈਨੂੰ ਬਹੁਤ ਖੁਸ਼ੀ ਹੁੰਦੀ ਅੱਜ ਮੈਂ ਨਹੀਂ ਖਾਧਾ ਬਰਗਰ ਜਿਹਾ ਸੈਂਡਵਿਚ ਲਿਆ ਜੇ ਮੈਂ ਰੋਜ਼ ਕੋਸ਼ਿਸ਼ ਕਰਦੀ ਮੈਂ ਨਾ ਹੀ ਕੁਛ ਖਾਵਾਂ। ਅੱਜ ਵੀ ਦੁਪਹਿਰੇ ਮੈਂ ਵੀ ਖਵਾਈ ਆ ਤੇ ਕੱਲ ਤਰ ਮੈਂ ਲੋੜੀਆਂ ਖਵਾਈਆਂ ਸਗਾਤ ਤੇ ਬਰਗਰ ਮੈਗੀ ਤੇ ਫੂਫਾ ਹੀ ਹੋ ਗਈ। ਉਹ ਡੁੱਡੀ ਗਈ ਪੈਣ ਕਿੱਥੇ ਗਈ ਮੈਂ ਜੀ ਮੂਲੀਆਂ ਨਾਲ ਕਿੱਥੇ ਤੇ ਡਰਾਈ ਦੇ ਪਿੰਡਾਂ ਆਏ ਜਿਹੜੇ ਗਿੱਜੇ ਪਾ ਰੋਟੀ ਸਹੀ ਗੱਲ। ਓਏ ਹੋਏ ਹੋਏ ਇਹਦੇ ਸਵਾਦ ਜੇ ਬੜੇ ਲੱਗਣ ਦੇ ਮੈਨੂੰ ਮੈਂ ਮੰਗਾਏ ਬਰਗਰ ਤੇ ਮੰਗਾਏ ਸੈਂਡਵਿਚ ਖਾਧੇ ਕੋਲ ਨੀ ਜਾਣੇ ਤੇ ਮੈਂ ਹੁਣ ਸਾਰਾ ਕੁਝ ਮੈਨੂੰ ਖਾਣਾ ਪੈਣਾ ਜਿਹੜਾ ਸਾਡੇ ਗਰੀਬਾਂ ਨੇ ਧੱਕਾ ਹੁੰਦਾ ਨਾ ਅੱਜ ਜਿੰਦਰ ਉਹ ਡੈਡੀ ਆਖਦੇ ਮਟਰਾਂ ਦੀ ਸਬਜ਼ੀ ਬਣਾਈਏ ਪਤਾ ਨਹੀਂ ਡੈਡੀ ਦਾ ਕਿੰਨਾ ਕੁ ਜੀ ਕਰਦਾ ਅਸੀਂ ਕਿਹਾ ਨਹੀਂ ਜਿੰਦਰ ਨੇ ਮਟਰ ਨਹੀਂ ਖਾਣੇ ਇਹਨਾਂ ਵਾਲੀ ਦਾਲ ਬਣਾਉਣਾ ਨੇ ਅਤੇ ਖਾ ਲਿਆ ਬਾਹਰੋਂ ਅਤੇ ਉਹਨਾਂ ਵਿਚਾਰਿਆਂ ਨੂੰ ਦਾਲ ਖਾਣੀ ਗਰੀਬਾਂ ਡੈਡੀ ਨੂੰ ਜਿੱਦਾਂ ਦਾਲ ਹੀ ਖਾਣਗੇ ਮਟਰ ਮੈਂ ਤੁਹਾਨੂੰ ਕਿਹਾ ਨਹੀਂ ਐਵੇਂ ਤਾਂ ਇੰਨਾ ਇੰਨੇ ਪਸੰਦ ਨਹੀਂ ਕਰਦੇ ਅਤੇ ਕੋਈ ਨਹੀਂ ਤੁਸੀਂ ਆਪਣੇ ਜੋ ਬਣਾ ਲਿਆ ਕਰੋ ਡੈਡੀ ਦਾ ਪਨੀਰ ਵਾਲੇ ਪਕੌੜੇ ਖਾਣ ਜੀ ਮੇਰੇ ਤਾਂ ਕੱਲ੍ਹ ਬਣਾ ਕੇ ਦੇਈਏ ਤੇ ਪੈਰਾਂ ਨੂੰ ਕੱਲ੍ਹ ਲੈ ਕੇ ਮੈਂ ਦੀਦੀ ਕੀ ਕਿਉਂਕਿ ਆਹ ਜਿਹੜਾ ਸਾਲ ਦਾ ਮਹੀਨਾ ਹੁੰਦਾ ਨਾ ਹਾਲੇ ਪਤਾ ਤੁਸੀਂ ਲਿਆ ਕੇ ਤੁਸੀਂ ਲੈ ਜਾਓ ਵਾਪਸ ਅਤੇ ਸਾਉਣ ਦਾ ਜਿਹੜਾ ਮਹੀਨਾ ਸਪੈਸ਼ਲ ਲੈ ਕੇ ਆਉਂਦੇ ਆ ਮਹਿੰਦੀ ਚੂੜੀਆਂ ਤਾਂ ਅਸੀਂ ਮਹਿੰਦੀ ਲਵਾਉਣੀ ਹੈ ਜਾਣਾ ਇਹ ਵਿੱਚ ਕਹਿੰਦੇ ਜਦੋਂ ਪੇਕੇ ਜਾਵਾਂਗੇ ਉਦੋਂ ਜਾਵਾਂਗੇ ਅਤੇ ਮੈਂ ਜਦੋਂ ਮੈਂ ਵੀ ਪੇਕੇ ਜਾਵਾਂ ਉਦੋਂ ਲਵਾਂਗੀ ਪਹਿਲਾਂ ਚੂੜੀਆਂ ਨੇ ਲੈਂਦੇ ਆ ਆਹ ਚੂੜੀਆਂ ਲੈ ਕੇ ਆਹ ਉਦੋਂ ਮੈਂ ਦੀਪ ਲੈ ਕੇ ਉਹਦੀਆਂ ਚਾਰ ਪਾਈਆਂ ਸੀ ਫਿਰ ਆਹ ਲਾਏ ਫਿਰ ਇਹਦੀਆਂ ਪਵਾ ਲਈਆਂ ਕਿਸੇ ਨੇ ਰਾਤ ਵੀ ਕਰਨਾ ਇੱਦਾਂ ਪਾਸੇ ਨੇ ਉਹਦੇ ਵਿੱਚ ਬੜਾ ਝੂੜਾ ਪਾਈ ਫਿਰਦੀ ਮੈਂ ਇੱਦਾਂ ਹੀ ਟਾਈਮ ਪਾਸ ਕਰਨਾ ਹੋਊਗਾ
ਅੱਜ ਚੰਗੀ ਸ਼ੋਪਿੰਗ ਕੀਤੀ ਇਧਰ ਗ੍ਰਹਿਮਤ ਨੇ ਚਾਵਲ ਨਵੀਂ ਲਿਆਂਦੀ ਅੱਜ ਕੈਮਰਾਮੈਨ ਫੋਕਸ ਕਰ ਬੁਖਾਰ ਚੜਾ ਲਾਂਡੀਆਂ ਦਾ ਕੈਮਰਾ ਵੇਖ ਕੇ ਬੰਦ ਕਰਤੀਆਂ ਬਹੁਤ ਸਾਰੀਆਂ ਇਕੱਠੇ ਹੋਏ ਸੂਟ ਲੈ ਕੇ ਦੇਣਾ ਬੀਬੀਆਂ ਸਾਉਣ ਦੇ ਮਹੀਨੇ ਪਹਿਲੇ ਸਾਉਣ ਨੇ ਆਪ ਹੀ ਗੱਲ ਕਰਕੇ ਆਪ ਫਸ ਜਾਣਾ ਅੱਜ ਅਸੀਂ ਗੁਰਦੁਆਰਾ ਸਾਹਿਬ ਜਾਣਾ ਤੇ ਲੇਟ ਹੋ ਗਏ ਤੇ ਹੁਣ ਮੈਂ ਤੇ ਮੰਮੀ ਤੇ ਗੁਰਨਵੇ ਮੱਥਾ ਟੇਕ ਕੇ ਆਵਾਂਗੇ ਰਾਤ ਦਾ ਜ਼ਰੂਰ ਰਹਿਰਾਜ ਸਾਹਿਬ ਦਾ ਭੋਗ ਪੈ ਗਿਆ ਪਰ ਅਸੀਂ ਮੱਥਾ ਟੇਕ ਕੇ ਜ਼ਰੂਰ ਆਵਾਂਗੇ ਅਤੇ ਉਹਨਾਂ ਚਿਰ ਅਸੀਂ ਫਿਰ ਮੰਮੀ ਨੂੰ ਡੀਕਣ ਨੇ ਮੰਮੀ ਕਹਿੰਦੇ ਮੈਂ ਪੈਸੇ ਲੈ ਮੱਥਾ ਟੇਕਣ ਨੂੰ ਤਾਂ ਅਸੀਂ ਦੋਵੇਂ ਜਣੇ ਇੱਥੇ ਖਲੋ ਗਏ ਹਾਂ ਅਤੇ ਇੱਧਰ ਵੇਖਣ ਦਾ ਚਾਚੇ ਨੇ ਬਾਹਰ ਆਪਣਾ ਪੱਖਾ ਲਾ ਲਿਆ ਚਾਚਾ ਲੱਗੇ ਸੌਣ ਇੱਕ ਨਾ ਭੈਣ ਆਖਣੀ ਬੱਤੀ ਫੇਰ ਸਾਡੇ ਚੱਲ ਗਈ ਨਾ ਆਂਦੀ ਸੋਲਰ ਲਵਾ ਲਓ ਅਤੇ ਮੈਂ ਸੋਲਰ ਦਾ ਸਾਡੇ ਕੋਈ ਫਾਇਦਾ ਸੋਲਰ ਆਖਣ ਦੇ ਲਵਾ ਲਓ ਸੋਲਰ ਦਾ ਮੈਂ ਫਿਰ ਨਹੀਂ ਕੋਈ ਫਾਇਦਾ ਏਸੀ ਦੇ ਫਿਰ ਨਹੀਂ ਚੱਲਣੇ ਅਤੇ ਪੱਖੇ ਤਾਂ ਚੱਲਦੇ ਹੀ ਇਨਵੇਟਰ ਦੇ ਏਸੀ ਚੱਲਦੇ ਨਹੀਂ ਉਹ ਬੜਾ ਹੈਵੀ ਚਾਹੀਦਾ ਉਹਦੇ ਵਾਸਤੇ ਉਹ ਵੀ ਉਹ ਇੰਨਾ ਕਾਮਯਾਬ ਥੋੜ੍ਹੀ ਹੈਗਾ ਅਤੇ ਆਂਦੇ ਮਾਸੀ ਭਾਈਏ ਨੂੰ ਪੈ ਗਏ ਉਹ ਬੰਦੇ ਮਾਸੜ ਨੂੰ ਘਰ ਦੇ ਲਾਗੇ ਹੀ ਬੱਤੀ ਆ ਗਈ ਭੈਣ ਬੱਚੇ ਬਹੁਤ ਤੰਗ ਕਰ ਰਹੇ ਤੇ ਆਪਾਂ ਆ ਗਏ ਘਰ ਯਾਰ ਇੱਕ ਸਾਰਿਆਂ ਦਾ ਇਹੋ ਹੋਣਾ ਬੱਚਿਆਂ ਦੀ ਲੜਾਈ ਕਦੀ ਨਹੀਂ ਆਉਣਾ ਚਾਹੀਦਾ ਜਿਹੜੀ ਚੀਜ਼ ਸਾਰੇ ਘਰ ਤਾਂ ਪਈ ਰਹੂਗੀ ਜਦੋਂ ਇਹ ਫੜ ਨਹੀਂ ਆਉਂਦਾ ਇੱਕ ਕਹਿੰਦਾ ਮੈਂ ਵੀ ਉਹ ਫੜ ਦੂਜਾ ਤਾਂ ਮੈਂ ਵੀ ਉਹ ਫੜਦੀ ਅਤੇ ਇੱਕ ਮੇਰੀ ਭੈਣ ਸੁਖਜਿੰਦਰ ਕੌਰ ਯੂਪੀ ਤੋਂ ਉਹ ਵੀ ਸਾਡੇ ਵਲੋਗ ਡੇਲੀ ਵੇਖਦੇ ਅਤੇ ਉਹਨਾਂ ਨੇ ਬਹੁਤ ਸੋਹਣੇ ਆਪਣਾ ਫੋਨ ਕੀਤਾ ਅਤੇ ਬੜੀ ਸੋਹਣੀਆਂ ਗੱਲਾਂ ਕੀ ਆ ਕਈ ਤਾਂ ਹਰ ਡੇਲੀ ਵਲੋਗ ਵੇਖਦੇ ਆ ਅਤੇ ਇੱਕ ਮੇਰੀ ਭੈਣ ਦਾ ਹੁਣੇ ਮੈਨੂੰ ਇੰਗਲੈਂਡ ਤੋਂ ਫੋਨ ਆਉਂਦੇ ਆ ਕਹਿੰਦੀ ਕਿ ਮੇਰਾ ਬੇਟਾ ਤੁਹਾਡੇ ਬੇਟੇ ਵਾਂ ਗੁਰਨਵਾਜ ਅਤੇ ਆਉਂਦੀ ਕਿ ਉਹਨਾਂ ਨੂੰ ਉਹ ਮੇ ਜਿੰਨਾ ਚਿਰ ਤੁਹਾਡੇ ਗੁਰਨਵਾਜ ਨੂੰ ਵੇਖਦਾ ਰਹਿੰਦਾ ਉਹ ਜੇ ਰੋਟੀ ਖਾਂਦਾ ਨਹੀਂ ਤਾਂ ਕਹਿੰਦੀ ਫਿਰ ਮੈਂ ਦੁਬਾਰਾ ਲਾ ਕੇ ਦਿੰਦੀ ਕਹਿੰਦੀ ਕਹਿੰਦਾ ਬੇਬੀ ਵੇਖਣਾ ਬੇਬੀ ਵੇਖਣਾ ਅਤੇ ਸਾਡੇ ਤੋਂ ਵੱਧ ਕੇ ਵੀ ਤੁਸੀਂ ਗੁਰਨਵਾਜ ਨੂੰ ਪਿਆ ਕਰਦੇ ਕੋਸ਼ਿਸ਼ ਕਰੇਗਾ ਇਹਨੂੰ ਹੋਰ ਤੋਂ ਵੱਧ ਤੋਂ ਵੱਧ ਤੁਹਾਡੇ ਲਈ ਲੈ ਮਤਲਬ ਤੁਹਾਡੇ ਨਾਲ ਵੀਡੀਓ ਦੇ ਵਿੱਚ ਲੈ ਕੇ ਆਇਆ ਕਰੀ ਮੈਂ ਅਸੀਂ ਕੋਸ਼ਿਸ਼ ਕਰਦੇ ਲੈ ਕੇ ਆਉਂਦੇ ਹਾਂ ਅਤੇ ਇੱਕ ਮੇਰੀ ਭੈਣ ਹੁਣੇ ਫੋਨ ਕਰਨ ਦੇ ਜੀ ਸੁਲਤਾਨ ਕਿੱਥੋਂ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਤੋਂ ਥੈਂਕ ਯੂ ਜੀ ਜਿਹਨਾਂ ਜਿਹਨਾਂ ਨੇ ਸਾਡੇ ਸਵਾਲ ਡੇਲੀ ਡੇਲੀ ਬਲੋਗ ਵੇਖਦੇ ਤੁਸੀਂ ਮੇਰੀ ਫੈਮਿਲੀ ਨੂੰ ਪਿਆਰ ਕਰਦੇ ਹੁਣ ਸਾਡੇ ਡੈਡੀ ਆ ਗਏ ਨੇ ਹੁਣ ਬਣਾਈ ਰੋਟੀ ਪਾਣੀ ਦੁੱਧ ਪਾਣੀ ਅਤੇ ਇਹਦੇ ਨਾਲ ਹੀ ਮੈਂ ਬਲੋਗ ਦਾ ਐਂਡ ਕਰਦੇ ਹਾਂ ਅਤੇ ਗੁੱਡ ਨਾਈਟ ਸਵੇਰੇ ਮਿਲਦੇ ਹਾਂ ਨਵੇਂ ਬਲੋਗ ਦੇ ਨਾਲ ਬਾਏ ਬਾਏ।